ਸਤਿ ਸ਼੍ਰੀ ਅਕਾਲ ਜੀ, ਇੰਗਲਿਸ਼ ਦੀ ਸ਼ਾਰਟ ਵੀਡੀਓ 'ਚ ਤੁਹਾਡਾ ਸਵਾਗਤ ਹੈ। ਜਿਹੜੇ ਸਟੂਡੈਂਟਸ ਚੈਨਲ ਦੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਪਤਾ ਹੋਊਗਾ ਕਿ ਇਹ ਚੈਨਲ ਦੇ ਉੱਪਰ ਕਮਿਊਨਿਟੀ ਪੋਸਟ ਦੇ ਉੱਪਰ ਅੱਜ ਹੀ ਕੁਐਸਚਨ ਪਿਆ 3 ਘੰਟੇ ਪਹਿਲੇ, 43ਵਾਂ ਨੰਬਰ ਕੁਐਸਚਨ ਹੈ ਅਤੇ ਇਹਦੇ ਵਿੱਚ ਆਪਾਂ ਦੇਖਣਾ ਕਿ ਕਿਹੜਾ ਸੈਂਟੈਂਸ ਸਹੀ ਹੈ, ਤਾਂ ਫਾਈਂਡ ਦਾ ਕਰੈਕਟ ਵਨ। ਸੋ ਕਰੈਕਟ ਵਨ ਲੱਭਣਾ। ਅੱਜ ਸੰਗਰੂਰ ਵਾਲੀ ਜਿਹੜੀ ਸਾਡੀ ਆਪਣੀ ਕਲਾਸ ਹੋਈ ਹੈ ਉਹਦੇ ਵਿੱਚ ਵੀ ਇਹ ਕੁਐਸਚਨ ਡਿਸਕਸ ਕੀਤਾ ਗਿਆ। ਸਟੂਡੈਂਟਸ ਨੂੰ ਇਹੀ ਦਿਖਾਉਣ ਦੀ ਉੱਥੇ ਕੋਸ਼ਿਸ਼ ਕੀਤੀ ਗਈ ਹੈ ਕਿ ਰੂਲ ਰੱਟਿਆਂ ਤੋਂ ਬਚੋ, ਪੇਪਰ ਦੇ ਵਿੱਚ ਕੰਮ ਨਹੀਂ ਆਉਣਗੇ। ਅਗਰ ਪੇਪਰ 'ਚ ਇੱਕ ਪੇਪਰ 'ਚ ਵੀ ਥੋੜ੍ਹਾ ਜਿਹਾ ਵੀ ਟ੍ਰਿਕੀ ਕੋਈ ਸੈਂਟੈਂਸ ਆ ਗਿਆ ਤਾਂ ਸਾਰਾ ਕੁਝ ਪੜ੍ਹਿਆ ਵਿਅਰਥ ਹੋ ਜਾਊਗਾ। ਸੋ ਇਸ ਤਰੀਕੇ ਨਾਲ ਸਹੀ ਤਰੀਕੇ ਨਾਲ ਤੁਸੀਂ ਪੜ੍ਹਨਾ ਤਾਂ ਉਹ ਕਿਵੇਂ ਪੜ੍ਹਨਾ ਸਮਝਣ ਦੀ ਕੋਸ਼ਿਸ਼ ਕਰਨਾ। ਦੇਖੋ, ਸਭ ਤੋਂ ਪਹਿਲਾਂ ਤਾਂ ਪਹਿਲਾ ਸੈਂਟੈਂਸ ਆਪਾਂ ਇਹ ਦੇਖਾਂਗੇ ਕਿ ਉਹਨੇ ਲਿਖਿਆ ਹੈ ਉਰੇ। ਸਭ ਤੋਂ ਪਹਿਲਾਂ ਤਾਂ ਇੱਕ ਚੀਜ਼ ਦੇਖਾਂਗੇ, ਵਰਬ ਦੇਖਾਂਗੇ। ਦੇਖੋ, ਵਰਬ ਕੀ ਲਿਖੀ ਹੋਈ ਹੈ? ਟੇਸਟ। ਤਾਂ ਇਹਦੇ ਵਿੱਚ ਵੀ ਵਰਬ ਲਿਖੀ ਹੋਈ ਹੈ ਟੇਸਟ, ਇਹਦੇ ਵਿੱਚ ਵੀ ਵਰਬ ਲਿਖੀ ਹੋਈ ਹੈ ਟੇਸਟ, ਹੈ ਨਾ। ਤਾਂ ਉਸ ਤੋਂ ਬਾਅਦ ਗੱਲ ਇਹ ਸਮਝਣੀ ਹੈ ਕਿ ਜਦੋਂ ਵੀ ਆਪਾਂ ਕੋਈ ਵੀ ਇੱਕ ਵਰਬ ਲਿਖਦੇ ਹਾਂ, ਜਿਵੇਂ ਮੈਂ ਲਿਖਿਆ ਪਲੇ, ਤਾਂ ਇਹ ਜਿਹੜੀ ਪਲੇ ਹੈ ਬੇਸ ਫਾਰਮ ਹੈ, ਬੇਸਿਕ ਵਰਬ ਹੈ, ਇਹ ਡਿਕਸ਼ਨਰੀ 'ਚ ਐਵੇਂ ਹੀ ਐਗਜਿਸਟ ਕਰਦਾ। ਤਾਂ ਜਿਹੜਾ ਸ਼ਬਦ ਡਿਕਸ਼ਨਰੀ 'ਚ ਐਗਜਿਸਟ ਕਰਦਾ, ਬੇਸਿਕ ਫਾਰਮ ਜਿਹੜੀ ਹੁੰਦੀ ਹੈ ਉਹ ਬਾਏ ਡਿਫਾਲਟ ਪਲੂਰਲ ਨੇਚਰ ਦੀ ਹੁੰਦੀ ਹੈ। ਕਿਹੜੇ ਨੇਚਰ ਦੀ ਹੁੰਦੀ ਹੈ? ਪਲੂਰਲ ਨੇਚਰ ਦੀ ਹੁੰਦੀ ਹੈ। ਅਗਰ ਉਸ ਵਰਬ ਦੇ ਨਾਲ ਤੁਸੀਂ ਐਸ ਜਾਂ ਈ ਐਸ ਲਗਾ ਦਿੰਦੇ ਹੋ ਤਾਂ ਉਹ ਵਰਬ ਉਰੇ ਕੀ ਬਣ ਜੂ? ਪਲੇਜ਼ ਬਣ ਜੂ। ਅਗਰ ਤੁਸੀਂ ਪਲੇਜ਼ ਲਿਖ ਦੋਗੇ ਤਾਂ ਇਹ ਜਿਹੜੀ ਵਰਬ ਹੈ ਇਹ ਕਿਹੋ ਜਿਹੇ ਨੇਚਰ ਦੀ ਹੋਊਗੀ? ਸਿੰਗਲਰ। ਸਭ ਤੋਂ ਪਹਿਲਾਂ ਤਾਂ ਇਹ ਪਤਾ ਹੋਣਾ ਚਾਹੀਦਾ ਕਿਉਂਕਿ ਬਹੁਤ ਸਾਰੇ ਸਟੂਡੈਂਟਸ ਇਸ ਚੀਜ਼ ਨੂੰ ਲੈ ਕੇ ਕਨਫਿਊਜ਼ ਹੋ ਜਾਂਦੇ ਨੇ ਕਿ ਇਹਨਾਂ 'ਚੋਂ ਪਲੂਰਲ ਵਰਬ ਕਿਹੜੀ ਹੈ, ਸਿੰਗਲਰ ਕਿਹੜੀ ਹੈ। ਤਾਂ ਜਿਹੜੀ ਵਰਬ ਦੇ ਨਾਲ ਐਸ ਜਾਂ ਈ ਐਸ ਲੱਗਿਆ ਹੁੰਦਾ ਉਹੀ ਸਿੰਗਲਰ ਹੁੰਦੀ ਹੈ। ਜਿਵੇਂ ਹੁਣ ਮੈਂ ਲਿਖਿਆ ਸਿੰਗ, ਤਾਂ ਸਿੰਗ ਵਰਬ ਸਿੰਗ ਪਲੂਰਲ ਹੈ ਜਾਂ ਸਿੰਗਲਰ ਹੈ? ਇਹ ਬੇਸ ਫਾਰਮ ਹੈ, ਡਿਕਸ਼ਨਰੀ 'ਚ ਆਹੀ ਸ਼ਬਦ ਐਗਜਿਸਟ ਕਰਦਾ ਨਾ, ਸੋ ਇਹ ਪਲੂਰਲ ਹੈ ਜਿਹੜੀ ਬਾਈ ਡਿਫਾਲਟ ਐਗਜਿਸਟ ਕਰਦੀ ਹੈ। ਅਗਰ ਤੁਸੀਂ ਇਹਦੇ ਨਾਲ ਐਸ ਜਾਂ ਈ ਐਸ ਲਾ ਦੋਗੇ ਤਾਂ ਉਹ ਕੀ ਬਣ ਜੂਗੀ? ਸਿੰਗਲਰ ਬਣ ਜੂ। ਜਿਵੇਂ ਮੈਂ ਲਿਖਿਆ ਐਕਟੀਵੇਟ, ACTIVATE, ਐਕਟੀਵੇਟ ਇੱਕ ਵਰਬ ਹੈ, ਤਾਂ ਇਹ ਪਲੂਰਲ ਹੈ ਸਿੰਗਲਰ ਹੈ? ਇਹ ਪਲੂਰਲ ਹੈ। ਅਗਰ ਆਪਾਂ ਲਿਖਾਂਗੇ ਐਕਟੀਵੇਟਸ, ਤਾਂ ਐਕਟੀਵੇਟਸ ਕੀ ਹੋ ਜੂਗੀ? ਸਿੰਗਲਰ ਹੋ ਜੂਗੀ। ਸੇਮ ਵੇ ਜਿਹੜੀ ਆਪਾਂ ਇਹ ਵਰਬ ਲਿਖੀ ਹੋਈ ਹੈ ਟੇਸਟ, ਟੇਸਟ ਵਰਬ ਸਿੰਗੂਲਰ ਹੈ ਪਲੂਰਲ ਹੈ? ਤਾਂ ਇਹ ਜਿਹੜੀ ਟੇਸਟ ਵਰਬ ਹੈ ਇਹ ਪਲੂਰਲ ਵਰਬ ਹੈ, ਆਪਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ। ਅਗਰ ਆਪਾਂ ਟੇਸਟ ਦੇ ਨਾਲ ਐਸ ਜਾਂ ਈ ਐਸ ਲਾ ਦਿੰਦੇ ਹਾਂ ਤਾਂ ਐਸ ਲਗਾ ਕੇ ਜਿਹੜੀ ਇਹ ਵਰਬ ਬਣੂਗੀ, ਇਹ ਵਰਬ ਕਿਹੋ ਜਿਹੀ ਬਣ ਜੂ? ਸਿੰਗੂਲਰ ਬਣ ਜੂ। ਸੋ ਜਿਹੜੀ ਵਰਬ ਉਰੇ ਬਾਏ ਡਿਫਾਲਟ ਦਿੱਤੀ ਹੋਈ ਹੈ ਉਹ ਕੀ ਹੈ? ਪਲੂਰਲ ਹੈ। ਸਭ ਤੋਂ ਪਹਿਲਾਂ ਤਾਂ ਆਪਾਂ ਇਹ ਗੱਲ ਨੂੰ ਸਮਝਣਾ ਸੀ, ਤਾਂ ਜਿਹੜੀਆਂ ਵਰਬ ਦਿੱਤੀ ਹੈ ਕੀ ਹੈ? ਇਹ ਪਲੂਰਲ ਹੈ। ਹੁਣ ਪਹਿਲੇ ਸੈਂਟੈਂਸ ਤੁਸੀਂ ਦੇਖੋਗੇ ਉਹਨੇ ਲਿਖਿਆ ਹੋਇਆ ਦੈਟ ਫਿਸ਼। ਕੀ ਲਿਖਿਆ ਹੋਇਆ? ਦੈਟ ਫਿਸ਼। ਸਭ ਤੋਂ ਪਹਿਲਾਂ ਤਾਂ ਇੱਕ ਗੱਲ ਇਹ ਸਮਝਣੀ ਹੈ ਕਿ ਇਹ ਸੈਂਟੈਂਸ ਹੋਰ ਵੀ ਟ੍ਰਿਕੀ ਹੋ ਸਕਦਾ ਸੀ। ਕਿਵੇਂ ਹੋ ਸਕਦਾ ਸੀ? ਅਗਰ ਤੁਹਾਨੂੰ ਪਤਾ ਹੈ ਕਿ ਫਿਸ਼ ਲਿਖਿਆ ਹੋਇਆ ਸਪੋਜ਼ ਆਪਣਾ, ਤਾਂ ਫਿਸ਼ ਦਾ ਪਲੂਰਲ ਵੀ ਫਿਸ਼ ਹੁੰਦਾ, ਆਪਣਾ ਸਟਰਕਚਰ ਚੇਂਜ ਨਹੀਂ ਕਰਦਾ, ਇਹ ਆਪਣਾ ਰੂਪ ਚੇਂਜ ਨਹੀਂ ਕਰਦਾ। ਜਨਰਲੀ ਤੁਸੀਂ ਕੋਈ ਨਾਊਨ ਲਿਖਦੇ ਹੋ, ਤੁਸੀਂ ਲਿਖਿਆ ਬੋਏ, ਤਾਂ ਬੋਏ ਦਾ ਪਲੂਰਲ ਕੀ ਹੋ ਜੂਗਾ? ਬੋਇਜ਼ ਹੋ ਜੂਗਾ। ਠੀਕ ਹੈ, ਤੁਸੀਂ ਕਹੋਗੇ ਸਰ ਹੁਣ ਹੁਣੇ ਤਾਂ ਤੁਸੀਂ ਕਿਹਾ ਵੀ ਜਿੱਥੇ ਐਸ ਈ ਆਈ ਐਸ ਲਾ ਦਿੰਦੇ ਹੋ ਸਿੰਗੂਲਰ ਹੋ ਜਾਂਦਾ। ਬੱਚੇ ਉਹ ਵਰਬ ਦੇ ਵਿੱਚ ਹੁੰਦਾ, ਵਰਬ ਦੇ ਕੇਸ ਦੇ ਵਿੱਚ ਐਸ ਈ ਆਈ ਐਸ ਲਗਾ ਕੇ ਉਹ ਵਰਬ ਸਿੰਗੂਲਰ ਹੋ ਜਾਂਦੀ ਹੈ, ਲੇਕਿਨ ਨਾਊਨ ਦੇ ਵਿੱਚ ਐਵੇਂ ਨਹੀਂ ਹੁੰਦਾ। ਨਾਊਨ ਦੇ ਵਿੱਚ ਕੀ ਹੁੰਦਾ ਕਿ ਜਿਹੜੇ ਵਰਬ ਜਿਹੜੇ ਨਾਊਨ ਦੇ ਨਾਲ ਤੁਸੀਂ ਐਸ ਈ ਆਈ ਐਸ ਲਗਾ ਦਿੰਦੇ ਹੋ ਉਹ ਪਲੂਰਲ ਹੋ ਜਾਂਦਾ। ਹੁਣ ਜਿਵੇਂ ਆਪਾਂ ਲਿਖਿਆ ਸਿਟੀ, ਸਿਟੀ ਦੇ ਨਾਲ ਐਸ ਈ ਆਈ ਐਸ ਲਾ ਦਿਓ, ਸੀ ਆਈ ਟੀ ਆਈ ਈ ਐਸ, ਸਿਟੀਜ਼ ਕੀ ਹੋ ਗਿਆ? ਪਲੂਰਲ ਹੋ ਗਿਆ। ਲੇਕਿਨ ਹਰ ਇੱਕ ਸ਼ਬਦ ਅਲੱਗ ਅਲੱਗ ਬਿਹੇਵੀਅਰ ਹੈ ਨਾ। ਹੁਣ ਬਈ ਮੇਰਾ ਬਿਹੇਵੀਅਰ ਅਲੱਗ ਹੈ, ਕਿਸੇ ਹੋਰ ਟੀਚਰ ਦਾ ਬਿਹੇਵੀਅਰ ਅਲੱਗ ਹੈ, ਕਿਸੇ ਹੋਰ ਟੀਚਰ ਦਾ ਬਿਹੇਵੀਅਰ ਅਲੱਗ ਹੈ, ਕਿ ਹਰ ਇੱਕ ਪਰਸਨ ਦਾ ਬਿਹੇਵੀਅਰ ਸੇਮ ਹੋ ਸਕਦਾ? ਨਹੀਂ ਹੋ ਸਕਦਾ। ਹੁਣ ਤੁਸੀਂ ਕਿਸੇ ਨੂੰ ਕੁਝ ਕਹਿਤਾ ਕਿ ਜ਼ਰੂਰੀ ਹੈ ਕਿ ਹਰ ਇਨਸਾਨ ਸੇਮ ਵੇ ਨਾਲ ਰਿਐਕਟ ਕਰੂਗਾ? ਨਹੀਂ, ਤਾਂ ਸੇਮ ਵੇ ਹਰ ਸ਼ਬਦ ਦਾ ਬਿਹੇਵੀਅਰ ਡਿਫਰੈਂਟ ਹੈ। ਤਾਂ ਉਹਦੇ ਤੁਸੀਂ ਦੇਖੋਗੇ ਜਿਹੜਾ ਫਿਸ਼ ਲਿਖਿਆ ਹੋਇਆ ਇਹਦਾ ਪਲੂਰਲ ਜਿਹੜਾ ਲਿਖਿਆ ਹੋਇਆ ਉਹ ਫਿਸ਼ ਹੀ ਹੁੰਦਾ, ਫਿਸ਼ਿਜ਼ ਨਹੀਂ ਹੁੰਦਾ। ਫਿਸ਼ਿਜ਼ ਵਰਡ ਸਹੀ ਹੁੰਦਾ ਲੇਕਿਨ ਉਹਦਾ ਮੀਨਿੰਗ ਡਿਫਰੈਂਟ ਹੁੰਦਾ। ਫਿਰ ਉਰੇ ਫਿਸ਼ ਨੂੰ ਸਿੰਗੂਲਰ ਮੰਨੀਏ ਪਲੂਰਲ ਮੰਨੀਏ, ਤਾਂ ਤੁਸੀਂ ਉਰੇ ਦੇਖੋਗੇ ਉਹਦੇ ਨਾਲ ਕੀ ਲਿਖਿਆ ਹੋਇਆ ਦੈਟ। ਹੁਣ ਦੈਟ ਵਰਬ ਦੈਟ ਸ਼ਬਦ ਬਾਰੇ ਪਤਾ ਹੋਣਾ ਚਾਹੀਦਾ, ਜਿਹੜਾ ਦੈਟ ਸ਼ਬਦ ਹੈ ਇਹ ਸਿੰਗੂਲਰ ਸ਼ਬਦ ਹੈ, ਇਹ ਇੱਕ ਐਡਜੈਕਟਿਵ ਹੈ। ਅਗਰ ਦੈਟ ਦੇ ਨਾਲ ਲਿਖੋਗੇ ਤਾਂ ਦੈਟ ਦੇ ਨਾਲ ਬੋਏ ਲਿਖਣਾ ਪਊਗਾ, ਬੋਇਜ਼ ਨਹੀਂ ਲਿਖ ਸਕਦੇ। ਠੀਕ ਹੈ, ਕਿਉਂਕਿ ਦੈਟ ਕੀ ਹੈ? ਸਿੰਗੂਲਰ ਹੈ।
ਅਗਰ ਤੁਸੀਂ ਇਹਦਾ ਪਲੂਰਲ ਬਣਾਉਣਾ ਤਾਂ ਪਲੂਰਲ ਕੀ ਹੁੰਦਾ? ਦੋਜ਼ ਹੁੰਦਾ, ਤਾਂ ਦੋਜ਼ ਦੇ ਨਾਲ ਤੁਹਾਨੂੰ ਕੀ ਲਿਖਣਾ ਪਊਗਾ? ਬੋਇਜ਼ ਲਿਖਣਾ ਪਊਗਾ, ਵੈਰੀ ਸਿੰਪਲ। ਤਾਂ ਦੈਟ ਬੋਏ ਇਜ਼, ਦੋਜ਼ ਬੋਇਜ਼ ਆਰ। ਹੁਣ ਇੰਨੀ ਗੱਲ ਸਮਝ ਆ ਗਈ। ਹੁਣ ਆਪਾਂ ਨੂੰ ਪਤਾ ਕਿ ਵੀ ਜਿਹੜਾ ਫਿਸ਼ ਲਿਖਿਆ ਹੋਇਆ ਇਹਦਾ ਪਲੂਰਲ ਹੈ। ਅਗਰ ਮੈਂ ਸਿੰਪਲ ਫਿਸ਼ ਲਿਖਿਆ ਹੋਵੇ, ਆਹ ਲਿਖਿਆ ਹੋਵੇ, ਤਾਂ ਤੁਸੀਂ ਇਹਦੇ ਨਾਲ ਇਜ਼ ਵੀ ਲਾ ਸਕਦੇ ਹੋ। ਤਾਂ ਅਗਰ ਤੁਸੀਂ ਬੋਲੋਗੇ ਫਿਸ਼ ਦੇ ਨਾਲ ਆਰ ਵੀ ਲਾ ਸਕਦੇ ਹੋ, ਕਿਉਂਕਿ ਜਦੋਂ ਤੱਕ ਮੈਂਸ਼ਨ ਨਹੀਂ ਕੀਤਾ ਇੱਕ ਨੇ ਕਿ ਚਾਰ ਨੇ। ਹਾਂ, ਅਗਰ ਤੁਸੀਂ ਲਿਖ ਦੋਗੇ ਕਿ ਇੱਕ ਫਿਸ਼ ਹੈ, ਫਿਰ ਉਹ ਇਜ਼ ਲਿਖਣਾ। ਅਗਰ ਤੁਸੀਂ ਲਿਖਤਾ ਇੱਕ ਫਿਸ਼, ਫਿਰ ਆਪਾਂ ਨੂੰ ਪਤਾ ਲੱਗ ਗਿਆ ਕਿ ਇਹਦਾ ਨੰਬਰ ਇੱਕ ਹੈ, ਫਿਰ ਆਰ ਨਹੀਂ, ਫਿਰ ਕੀ ਆਊਗਾ? ਇਜ਼ ਆਊਗਾ। ਲੇਕਿਨ ਜਦੋਂ ਤੱਕ ਮੈਂਸ਼ਨ ਹੀ ਨਹੀਂ ਹੈ ਕਿ ਇੱਕ ਹੈ ਕਿ ਚਾਰ ਨੇ, ਤਾਂ ਆਪਾਂ ਉਹਨੇ ਮੰਨ ਲਿਆ ਕਿ ਇਹ ਸਿੰਗੂਲਰ ਹੈ, ਮੰਨ ਲਿਆ ਪਲੂਰਲ ਹੈ। ਲੇਕਿਨ ਜਿਉਂ ਹੀ ਆਪਾਂ ਫਿਸ਼ ਦੇ ਅੱਗੇ ਕੀ ਲਿਖਤਾ? ਦੈਟ ਲਿਖਤਾ, ਤਾਂ ਦੈਟ ਆਪਾਂ ਨੂੰ ਪਤਾ ਕਿ ਸਿੰਗੂਲਰ ਹੁੰਦਾ। ਜਦੋਂ ਆਪਾਂ ਦੈਟ ਫਿਸ਼ ਲਿਖਿਆ ਤਾਂ ਆਪਾਂ ਨੂੰ ਪਤਾ ਲੱਗ ਗਿਆ ਕਿ ਇਹਦਾ ਨੰਬਰ ਇੱਕ ਹੈ, ਜ਼ਿਆਦਾ ਨਹੀਂ ਹੈ, ਇਸ ਕਰਕੇ ਆਰ ਨਹੀਂ ਉਰੇ ਕੀ ਆਊਗਾ? ਇਜ਼ ਆਊਗਾ। ਸੋ ਅਗਰ ਉਹਨੇ ਦੈਟ ਫਿਸ਼ ਲਿਖਿਆ ਹੋਇਆ ਤਾਂ ਇਹਦਾ ਮਤਲਬ ਜਿਹੜਾ ਸਬਜੈਕਟ ਲਿਖਿਆ ਹੋਇਆ ਸਿੰਗੂਲਰ ਹੈ ਪਲੂਰਲ ਹੈ? ਸਿੰਗੂਲਰ। ਅਗਰ ਇਹ ਸਬਜੈਕਟ ਸਿੰਗੂਲਰ ਹੈ, ਵਰਬ ਵੀ ਸਿੰਗੂਲਰ ਹੋਣੀ ਚਾਹੀਦੀ ਸੀ। ਅਗਰ ਵਰਬ ਸਿੰਗੂਲਰ ਹੋਣੀ ਚਾਹੀਦੀ ਤਾਂ ਉਹ ਕੀ ਲਿਖਣਾ ਚਾਹੀਦਾ ਸੀ? ਟੇਸਟ। ਤਾਂ ਉਹ ਆਪਾਂ ਲਿਖਣਾ ਚਾਹੀਦਾ ਸੀ ਦੈਟ ਫਿਸ਼ ਟੇਸਟ ਡਿਲੀਸ਼ੀਅਸ। ਤਾਂ ਇਸ ਕਰਕੇ ਜਿਹੜਾ ਇਹ ਸੈਂਟੈਂਸ ਹੈ, ਸਹੀ ਹੈ ਗਲਤ ਹੈ? ਗਲਤ ਹੈ। ਆਪਾਂ ਤਾਂ ਸਹੀ ਸੈਂਟੈਂਸ ਲੱਭਣਾ ਸੀ, ਤਾਂ ਇਹਦਾ ਮਤਲਬ ਇਹ ਆਪਣਾ ਆਨਸਰ ਨਹੀਂ ਹੈ, ਹੈ ਨਾ? ਸੋ ਇਹ ਤਾਂ ਇਨਕਰੈਕਟ ਲਿਖਿਆ ਹੈ। ਹੁਣ ਅਗਲੇ ਅਗਲੇ ਉੱਤੇ ਆ ਜਾਓ। ਚਿਪਸ ਟੇਸਟ ਡਿਲੀਸ਼ੀਅਸ। ਹੁਣ ਬਈ ਚਿਪਸ ਕੀ ਲਿਖਿਆ ਹੋਇਆ, ਸਿੰਗੂਲਰ ਜਾਂ ਪਲੂਰਲ? ਪਲੂਰਲ। ਚਿਪਸ ਤਾਂ ਪਲੂਰਲ ਲੈ ਨਾ ਆਟੋਮੈਟਿਕਲੀ, ਜਦੋਂ ਉਹਨੇ ਸ਼ਬਦ ਪਲੂਰਲ ਲਿਖ ਰੱਖਿਆ, ਤਾਂ ਇਹਦਾ ਮਤਲਬ ਜਿਹੜਾ ਉਹ ਇਹ ਸਬਜੈਕਟ ਲਈ ਰੱਖਿਆ, ਇਹ ਸਬਜੈਕਟ ਸਿੰਗੂਲਰ ਹੈ ਪਲੂਰਲ ਹੈ? ਪਲੂਰਲ ਹੈ। ਤਾਂ ਇਹਦੀ ਵਰਬ ਵੀ ਪਲੂਰਲ ਦੇ ਰੱਖੀ ਹੈ, ਕਿਉਂਕਿ ਟੇਸਟ ਵਰਬ ਪਲੂਰਲ ਹੈ। ਤਾਂ ਇਸ ਕਰਕੇ ਇਹ ਸੈਂਟੈਂਸ ਬਿਲਕੁਲ ਸਹੀ ਲਿਖਿਆ ਹੋਇਆ। ਤਾਂ ਇਸ ਕਰਕੇ ਇਹ ਸੈਂਟੈਂਸ ਕਰੈਕਟ ਹੈ, ਫੋਰ ਦਾ ਬੀਇੰਗ ਆਪਾਂ ਮੂਵਮੈਂਟ ਲਿਖਣਾ ਹੈ। ਲਿਖ ਲਿਆ ਜੀ, ਕਰੈਕਟ। ਹੁਣ ਆ ਜਾਓ ਇਹ ਵਾਲੇ ਸੈਂਟੈਂਸ 'ਤੇ। ਆਪਾਂ ਲਿਖਿਆ ਫਿਸ਼ ਐਂਡ ਚਿਪਸ ਟੇਸਟ ਡਿਲੀਸ਼ੀਅਸ। ਤਾਂ ਹੁਣ ਆਪਾਂ ਇੱਕ ਗੱਲ ਨੂੰ ਸਮਝਣੀ ਹੈ, ਬੜੀ ਸਿੰਪਲ ਜਿਹੀ ਗੱਲ ਹੈ। ਕੀ ਸਿੰਪਲ ਗੱਲ ਹੈ? ਅਗਰ ਮੈਂ ਲਿਖੂੰਗਾ ਕਿ, ਧਿਆਨ ਨਾਲ ਸਮਝਣਾ, ਮੈਂ ਲਿਖਿਆ ਸੀਤਾ ਇਜ਼ ਜਾਂ ਆਰ, ਤਾਂ ਆਪਾਂ ਨੂੰ ਪਤਾ ਲੱਗ ਗਿਆ ਕਿ ਸੀਤਾ ਦੇ ਨਾਲ ਕੀ ਆਊਗਾ? ਇਜ਼ ਆਊਗਾ। ਅਗਰ ਆਪਾਂ ਲਿਖਾਂਗੇ ਗੀਤਾ, ਤਾਂ ਗੀਤਾ ਇਜ਼ ਔਰ ਆਰ, ਤਾਂ ਗੀਤਾ ਦੇ ਨਾਲ ਕੀ ਆਊਗਾ? ਇਜ਼ ਆਊਗਾ। ਲੇਕਿਨ ਅਗਰ ਮੈਂ ਲਿਖਾਂ ਸੀਤਾ ਐਂਡ ਗੀਤਾ, ਤਾਂ ਸਭ ਨੂੰ ਪਤਾ ਹੈ ਕਿ ਉਰੇ ਕੀ ਆਊਗਾ? ਇਜ਼ ਜਾਂ ਆਰ, ਤਾਂ ਸਭ ਨੂੰ ਪਤਾ ਹੈ ਕਿ ਉਰੇ ਕੀ ਆਊਗਾ? ਆਰ ਆਊ। ਚਲੋ ਇੱਕ ਵਾਰ ਮੈਂ ਸੈਂਟੈਂਸ ਪੂਰਾ ਕਰ ਦੇਣਾ। ਮੈਂ ਕਿਹਾ ਕਿ ਮਾਈ ਸਟੂਡੈਂਟਸ, ਤਾਂ ਆਪਾਂ ਨੂੰ ਪਤਾ ਲੱਗ ਗਿਆ ਕਿ ਸੀਤਾ ਐਂਡ ਗੀਤਾ ਇਜ਼ ਆਰ ਆਰ ਦੇ, ਜੇ ਉਰੇ ਦੇਖਾਂਗੇ ਤਾਂ ਉਰੇ ਸੀਤਾ ਅਲੱਗ ਪਰਸਨ ਹੈ, ਇਹ ਇੱਕ ਅਲੱਗ ਪਰਸਨ ਹੈ, ਤਾਂ ਉਰੇ ਕੀ ਆ ਗਿਆ? ਇੱਕ ਆਰ ਆ ਗਿਆ। ਇੰਨੀ ਗੱਲ ਪਤਾ ਲੱਗ ਗਈ, ਠੀਕ ਹੈ। ਚਲੋ ਫਿਰ ਮੈਂ ਦੁਬਾਰਾ ਇੱਕ ਸੈਂਟੈਂਸ ਹੋਰ ਲਿਖਦਾ, ਸੀਤਾ ਐਂਡ ਗੀਤਾ ਇਜ਼ ਔਰ ਆਰ ਆ ਗੁੱਡ ਮੂਵੀ। ਹੁਣ ਮੈਂ ਆਹ ਸੈਂਟੈਂਸ ਲਿਖਤਾ, ਤਾਂ ਉਰੇ ਮੈਨੂੰ ਦੱਸਣਾ ਕਿ ਇਸ ਸੈਂਟੈਂਸ ਦੇ ਵਿੱਚ ਇਜ਼ ਆਊਗਾ ਕਿ ਆਰ ਆਊਗਾ? ਤੁਸੀਂ ਕਹੋਗੇ ਸਰ ਸੀਤਾ ਐਂਡ ਗੀਤਾ ਲਿਖਿਆ, ਸਾਨੂੰ ਤਾਂ ਇਹੀ ਯਾਦ ਕਰਾਇਆ ਹੋਇਆ ਵੀ ਜਦੋਂ ਐਂਡ ਤੋਂ ਪਹਿਲਾਂ ਅਤੇ ਦੋ ਨਾਊਨਸ ਨੂੰ ਜੋੜ ਕੇ ਐਂਡ ਲਿਖਤਿਆ ਤਾਂ ਉਹ ਪਲੂਰਲ ਨਾਊਨ ਬਣ ਜੂਗਾ, ਤਾਂ ਉਰੇ ਆਰ ਆਜੂਗਾ। ਬਈ ਆਪਣਾ ਦਿਮਾਗ ਖੋਲੋ, ਆਖੋ ਕੇ ਸਾਥ ਸਾਥ ਦਿਮਾਗ ਵੀ ਯੂਜ਼ ਕਰੋ। ਉਹ ਕਹਿ ਰਿਹਾ ਕਿ ਸੀਤਾ ਔਰ ਗੀਤਾ ਇੱਕ ਅੱਛੀ ਮੂਵੀ ਹੈ, ਤਾਂ ਇਹ ਕਿਸੇ ਮੂਵੀ ਦਾ ਨਾਮ ਹੈ, ਇਹ ਏ ਕੀ ਇੰਟਾਈਟੀ ਲਿਖੀ ਹੋਈ ਹੈ, ਦੋ ਅਲੱਗ ਅਲੱਗ ਚੀਜ਼ਾਂ ਨਹੀਂ ਹੈ, ਇਹ ਦੋ ਅਲੱਗ ਅਲੱਗ ਚੀਜ਼ਾਂ ਨੇ, ਨਹੀਂ ਇੱਕੋ ਹੀ ਚੀਜ਼ ਹੈ। ਅਗਰ ਇੱਕੋ ਹੀ ਚੀਜ਼ ਹੈ ਤਾਂ ਉਰੇ ਕੀ ਆਜੂ? ਇਜ਼ ਆਜੂ। ਤਾਂ ਸਾਰਾ ਯਾਦ ਕੀਤਾ ਵਿਅਰਥ ਹੋ ਜਾਂਦਾ ਪੇਪਰ 'ਚ, ਅਗਰ ਉਹ ਇੱਕ ਵਾਰ ਇਹੋ ਜਿਹਾ ਸੈਂਟੈਂਸ ਦੇ, ਹੈ ਨਾ? ਸਾਰੇ ਰੂਲਸ ਦਰੇ ਕੇ ਦਰੇ ਰਹਿ ਜਾਏਗੇ ਆਪਕੇ। ਸੋ ਇਸੇ ਕਰਕੇ ਕਹਿੰਦੇ ਹਾਂ ਕਿ ਗੁਰੂ ਰੂਲ ਨਾ ਯਾਦ ਕਰਿਆ ਕਰੋ, ਹੈ ਨਾ? ਅਗਰ ਤੁਸੀਂ ਇਹ ਯਾਦ ਕਰੋਗੇ ਕਿ ਨਾਊਨ ਵਨ ਐਂਡ ਨਾਊਨ ਟੂ ਦਾ ਪਲੂਰਲ, ਖਤਮ ਹੋ ਗਿਆ, ਵਿਅਰਥ ਹੋ ਗਿਆ। ਸੋ ਜ਼ਰੂਰੀ ਨਹੀਂ, ਉਰੇ ਸੀਤਾ ਔਰ ਗੀਤਾ ਅਲੱਗ ਅਲੱਗ ਪਰਸਨਸ ਨੇ, ਇਹ ਅਲੱਗ ਪਰਸਨ ਹੈ, ਅਲੱਗ ਪਰਸਨ ਹੈ, ਤਾਂ ਸਿੰਗੂਲਰ ਪਲੱਸ ਸਿੰਗੂਲਰ ਇਜ਼ ਇਕੁਅਲ ਟੂ ਪਲੂਰਲ, ਤਾਂ ਉਰੇ ਆਰ ਆ ਗਿਆ। ਲੇਕਿਨ ਉਰੇ ਸੀਤਾ ਔਰ ਗੀਤਾ ਇੱਕੋ ਹੀ ਚੀਜ਼ ਹੈ, ਦੋ ਅਲੱਗ ਅਲੱਗ ਚੀਜ਼ਾਂ ਨਹੀਂ ਹੈ। ਗੱਲ ਸਮਝ ਆ ਗਈ? ਤਾਂ ਇਸ ਗੱਲ ਨੂੰ ਆਪਾਂ ਸਮਝਣਾ ਸੀ। ਤਾਂ ਹੁਣ ਤੁਸੀਂ ਦੇਖੋਗੇ, ਤੁਸੀਂ ਉਰੇ ਦੇਖਿਆ ਫਿਸ਼ ਐਂਡ ਚਿਪਸ, ਤੁਸੀਂ ਕਹੋਗੇ ਯਾਰ ਫਿਸ਼ ਤਾਂ ਅਲੱਗ ਚੀਜ਼ ਹੈ, ਚਿਪਸ ਤਾਂ ਅਲੱਗ ਚੀਜ਼ ਹੈ, ਹੈ ਨਾ? ਤਾਂ ਜਿਹੜਾ ਇਹ ਸਬਜੈਕਟ ਲਿਖਿਆ ਹੋਇਆ, ਇਹ ਸਬਜੈਕਟ ਸਿੰਗੂਲਰ ਹੈ ਜਾਂ ਪਲੂਰਲ ਹੈ?
ਸਬਜੈਕਟ ਪਲੂਰਲ ਹੈ, ਮੰਨ ਲਿਆ ਚਲੋ, ਮੈਂ ਕਿਹਾ ਤੁਸੀਂ ਕਹਿ ਰਹੇ ਹੋ ਪਲੂਰਲ ਹੈ, ਇਹ ਤਾਂ ਅਲੱਗ ਅਲੱਗ ਚੀਜ਼ਾਂ ਨੇ, ਫਿਰ ਵਰਬ ਵੀ ਪਲੂਰਲ ਹੈ, ਅਗਰ ਵਰਬ ਪਲੂਰਲ ਹੈ ਇਹਦਾ ਮਤਲਬ ਆਹ ਸੈਂਟੈਂਸ ਵੀ ਸਹੀ ਹੈ, ਫਿਰ ਤਾਂ ਕੁਐਸਚਨ ਗਲਤ ਹੈ, ਕਿਉਂਕਿ ਆਹ ਸੈਂਟੈਂਸ ਵੀ ਸਹੀ ਹੋ ਰਿਹਾ, ਆਹ ਸੈਂਟੈਂਸ ਵੀ ਸਹੀ ਹੋ ਰਿਹਾ, ਤਾਂ ਹੁਣ ਕਿਹਨੂੰ ਟਿੱਕ ਕਰੀਏ, ਸਮਝਣ ਦੀ ਕੋਸ਼ਿਸ਼ ਕਰਨਾ। ਤਾਂ ਜੋ ਵੀ ਮੈਂ ਇੱਕ ਸੈਂਟੈਂਸ ਬਣਾਉਣਾ ਸੋਚ ਸਮਝ ਕੇ ਬਣਾਉਣਾ, ਠੀਕ ਹੈ। ਬ੍ਰੈਡ ਐਂਡ ਬਟਰ ਬਲੈਂਕ ਇਜ਼ ਅਵਰ ਬਲੈਂਕ ਇਜ਼ ਔਰ ਆਰ ਅਵਰ ਯੂਜੁਅਲ ਬ੍ਰੇਕਫਾਸਟ। ਹੁਣ ਉਰੇ ਬ੍ਰੈਡ ਲਿਖਿਆ ਹੋਇਆ ਅਤੇ ਐਂਡ ਬਾਗੇ ਬਟਰ ਲਿਖਿਆ ਹੋਇਆ, ਹੁਣ ਉਰੇ ਨਾਲ ਦੀ ਨਾਲ ਆਂਸਰ ਆ ਜੂਗਾ ਇਜ਼, ਕਿਉਂ? ਕਿਉਂਕਿ ਯਾਦ ਕੀਤਾ ਹੋਇਆ ਹੈ। ਜਿੱਥੇ ਯਾਦ ਕਰਨਾ ਪੈ ਜਾਵੇ ਤਾਂ ਬਹੁਤ ਈਜ਼ੀ ਹੈ, ਜਿੱਥੇ ਸਮਝਣਾ ਪੈ ਜਾਵੇ ਉੱਥੇ ਫਿਰ ਦਿੱਕਤ ਪੈ ਜਾਂਦੀ ਹੈ। ਇਹੀ ਦਿੱਕਤ ਹੈ। ਤਾਂ ਬ੍ਰੈਡ ਐਂਡ ਬਟਰ ਕੀ ਕਹਿ ਰਿਹਾ ਕਿ ਆਪਣਾ ਇੱਕ ਬ੍ਰੇਕਫਾਸਟ ਹੈ। ਬ੍ਰੇਕਫਾਸਟ ਦਾ ਮਤਲਬ ਕੀ ਹੈ ਕਿ ਇਹ ਕੀ ਇੱਕ ਨੇਮ ਆਫ ਅ ਡਿਸ਼, ਇੱਕ ਡਿਸ਼ ਦਾ ਨਾਮ ਹੈ, ਇੱਕ ਮੀਲ ਦਾ ਨਾਮ ਹੈ। ਇਕੱਠੇ ਪਰੋਸੇ ਜਾਂਦੇ ਨੇ, ਇਕੱਠੇ ਖਾਏ ਜਾਂਦੇ ਨੇ, ਤਾਂ ਇਹ ਇੱਕੋ ਹੀ ਚੀਜ਼ ਹੈ ਜਾਂ ਅਲੱਗ ਅਲੱਗ ਚੀਜ਼ਾਂ ਨੇ? ਇੱਕੋ ਹੀ ਚੀਜ਼ ਹੈ ਨਾ, ਬ੍ਰੈਡ ਦੇ ਬਟਰ ਲਾ ਕੇ ਖਾ ਰਹੇ ਹੋ ਨਾ, ਇੱਕੋ ਹੀ ਚੀਜ਼ ਖਾ ਰਹੇ ਹੋ ਨਾ, ਤਾਂ ਇੱਕੋ ਹੀ ਇੰਟਾਈਟੀ ਹੈ, ਉਹ ਇੰਟੀਗਰਲ ਪਾਰਟ ਹੈ ਉਹਦਾ। ਸੋ ਇਸ ਕਰਕੇ ਅਗਰ ਇਹ ਇੱਕ ਚੀਜ਼ ਦਾ ਨਾਮ ਹੈ, ਇੱਕੋ ਹੀ ਯੂਨਿਟ ਹੈ, ਤਾਂ ਸਿੰਗੂਲਰ ਹੈ, ਤਾਂ ਉਹ ਕੀ ਆ ਜਾਊਗਾ? ਇਸ, ਇੰਨੀ ਗੱਲ ਸਮਝ ਆ ਗਈ? ਹਜੇ ਕੁਐਸਚਨ ਖਤਮ ਨਹੀਂ ਹੋਇਆ, ਕੁਐਸਚਨ ਤਾਂ ਹਜੇ ਕਰਾਂਗੇ, ਹੈ ਨਾ। ਹੁਣ ਇਹ ਡਿਸ਼ ਦਾ ਨਾਮ ਹੈ, ਹੁਣ ਜਿਵੇਂ ਮੈਂ ਕਹਾਂ ਰਾਜਮਾ ਚਾਵਲ, ਰਾਜਮਾ ਐਂਡ ਚਾਵਲ, ਹੈ ਨਾ, ਇਜ਼ ਸਰਵਡ ਟੂਗੈਦਰ, ਆਰ ਨੀ ਇਜ਼, ਤਾਂ ਉਹ ਇਕੱਠੇ ਖਾਧੇ ਜਾਂਦੇ ਨੇ, ਹੈ ਨਾ। ਸੋ ਕੜੀ ਚਾਵਲ ਹੋ ਗਿਆ, ਰਾਜਮਾ ਚਾਵਲ ਹੋ ਗਿਆ, ਬ੍ਰੈਡ ਐਂਡ ਬਟਰ ਹੋ ਗਿਆ, ਠੀਕ ਹੈ। ਸਟੱਡੀ ਸਲੋ ਐਂਡ ਸਟੱਡੀ ਵਿਨਸ ਦ ਰੇਸ, ਇਹ ਵਿਨ ਦ ਰੇਸ, ਸਲੋ ਐਂਡ ਸਟੱਡੀ ਵਿਨ ਜਾਂ ਫਿਰ ਵਿਨਸ ਦ ਰੇਸ। ਤੁਸੀਂ ਸੋਚ ਕੇ ਦੇਖੋ ਕਿ ਪੇਪਰ 'ਚ ਇਹ ਕੁਐਸਚਨ ਆਏ ਅਤੇ ਇਹ ਕੁਐਸਚਨ ਆਪਣੇ ਤੋਂ ਗਲਤ ਹੋ ਜਾਏ, ਹੈ ਨਾ, ਤਾਂ ਕਿੰਨਾ ਬੇਸਿਕ ਕੁਐਸਚਨ ਹੈ। ਤਾਂ ਕੀ ਸਿਰਫ ਸਲੋ ਰੇਸ ਜਿੱਤ ਜੂਗਾ? ਨਹੀਂ। ਕੀ ਉਹ ਕਹਿਣਾ ਚਾਹ ਰਿਹਾ? ਨਹੀਂ। ਕੀ ਸਿਰਫ ਸਟੱਡੀ ਰੇਸ ਜਿੱਤ ਜੂਗਾ? ਨਹੀਂ। ਜਦੋਂ ਇਹਨਾਂ ਦੋਵਾਂ ਦਾ ਕੋਂਬੀਨੇਸ਼ਨ ਹੋਊਗਾ ਫਿਰ ਰੇਸ ਜਿੱਤੀ ਜਾਊਗੀ, ਤਾਂ ਰੇਸ ਜਿੱਤਣ ਦੇ ਲਈ ਇਹਨਾਂ ਦੋਵਾਂ ਦਾ ਕੋਂਬੀਨੇਸ਼ਨ ਹੋਣਾ ਜ਼ਰੂਰੀ ਹੈ। ਤਾਂ ਇਸ ਕਰਕੇ ਇਹ ਇੱਕ ਯੂਨਿਟ ਹੈ, ਦੋ ਅਲੱਗ ਅਲੱਗ ਯੂਨਿਟਸ ਨਹੀਂ ਹੈਗੀਆਂ। ਇਸ ਕਰਕੇ ਉਹਦੇ ਕੀ ਆਊਗਾ? ਸਿੰਗੂਲਰ ਵਰਬ ਆਊਗੀ, ਕਿਉਂਕਿ ਸਿੰਗੂਲਰ ਸਬਜੈਕਟ। ਜਦੋਂ ਤੁਹਾਨੂੰ ਇੰਨੀ ਗੱਲ ਸਮਝ ਆ ਗਈ, ਤਾਂ ਅਗਰ ਤੁਸੀਂ ਇਸ ਚੀਜ਼ ਨੂੰ ਸਮਝ, ਦੇਖੋ ਜ਼ਿਆਦਾਤਰ ਸਟੂਡੈਂਟਸ ਨੇ ਉਹਦੇ ਸੀ ਆਂਸਰ ਲਾਇਆ, ਤੁਸੀਂ ਵੀ ਦੇਖ ਲੈਂਦੇ ਕੀ ਆਂਸਰ ਆਊਗਾ, ਹੈ ਨਾ। ਸੋ ਉਰੇ ਇਹ ਵੀ ਜਿਹੜਾ ਫਿਸ਼ ਐਂਡ ਚਿਪਸ ਹੈ ਨਾ, ਇਹ ਵੀ ਡਿਸ਼ ਹੈ ਦੋਸਤੋ ਇੱਕ, ਇਹ ਵੀ ਇਕੱਠੇ ਖਾਧੇ ਜਾਂਦੇ ਨੇ। ਚਿਪਸ ਨੂੰ ਫਿਸ਼ ਦੇ ਨਾਲ ਖਾਧਾ ਜਾਂਦਾ, ਐਕਚੁਅਲ ਦੇ ਵਿੱਚ ਇਹ ਡਿਸ਼ ਹੈ। ਤੁਸੀਂ ਕਹੋਗੇ ਸਰ ਅੱਜ ਤੱਕ ਕਦੇ ਸੁਣਿਆ ਨਹੀਂ, ਬਈ ਅਗਰ ਕੋਈ ਚੀਜ਼ ਨਹੀਂ ਸੁਣੀ ਤਾਂ ਮਤਲਬ ਇਹ ਥੋੜ੍ਹੀ ਨਾ ਐਗਜਿਸਟ ਨਹੀਂ ਕਰਦੀ, ਹੈ ਨਾ। ਤਾਂ ਹੁਣ ਆਪਾਂ ਅਗਰ ਕਿਤੇ ਗਏ ਨਹੀਂ ਆ, ਤਾਂ ਆਪਾਂ ਸਪੋਜ਼ ਕਰ ਲਓ ਕਿ ਕਿਹੋ ਜਿਹੀ ਕੋਈ ਕੰਟਰੀ ਹੈ, ਉੱਥੇ ਆਪਾਂ ਗਏ ਨਹੀਂ, ਤਾਂ ਇਹਦਾ ਮਤਲਬ ਇਹ ਥੋੜ੍ਹੀ ਨਾ ਉਹ ਐਗਜਿਸਟ ਨਹੀਂ ਕਰ ਰਹੇ, ਐਗਜਿਸਟ ਕਰ ਰਹੇ ਆਪਣੀ ਨੌਲੇਜ ਤੋਂ ਬਾਹਰ। ਤੁਹਾਨੂੰ ਅੱਜ ਸਿੱਖਣ ਨੂੰ ਮਿਲ ਗਿਆ, ਤੁਸੀਂ ਕਾਪੀ 'ਤੇ ਨੋਟ ਕਰ ਲਓ ਕਿ ਫਿਸ਼ ਦੇ ਨਾਲ ਚਿਪਸ ਖਾਏ ਜਾਂਦੇ ਨੇ, ਤਾਂ ਕੋਂਬੀਨੇਸ਼ਨ ਹੈ। ਫਿਸ਼ ਦੇ ਨਾਲ ਚਿਪਸ ਖਾਓਗੇ ਤਾਂ ਟੇਸਟ ਡਬਲ ਹੋ ਜਾਂਦਾ, ਜਿਹੜੇ ਨੋਨ ਵੈਜ ਨੇ ਉਹ ਖਾ ਕੇ ਦੇਖੋ, ਤੁਹਾਨੂੰ ਪਤਾ ਲੱਗ ਜਾਏ, ਹੈ ਨਾ। ਸੋ ਇਹ ਵੀ ਡਿਸ਼ ਦਾ ਨਾਮ ਹੈ ਦੋਸਤੋ, ਅਗਰ ਇਹ ਇੱਕ ਡਿਸ਼ ਦਾ ਨਾਮ ਹੈ, ਤਾਂ ਇਹਦਾ ਮਤਲਬ ਜਿਹੜਾ ਇਹ ਸਬਜੈਕਟ ਲਿਖਿਆ ਹੋਇਆ ਇਹ ਪਲੂਰਲ ਨਹੀਂ, ਇਹ ਸਿੰਗੂਲਰ ਸਬਜੈਕਟ ਹੈ। ਅਗਰ ਇਹ ਸਿੰਗੂਲਰ ਸਬਜੈਕਟ ਹੈ, ਤਾਂ ਵਰਬ ਵੀ ਉਰੇ ਸਿੰਗੂਲਰ ਹੀ ਆਉਣੀ ਚਾਹੀਦੀ ਸੀ, ਇਸ ਕਰਕੇ ਇਹ ਸੈਂਟੈਂਸ ਵੀ ਗਲਤ ਹੀ ਹੈ। ਸਹੀ ਆਂਸਰ ਕੀ ਆਪਣਾ? ਬੀ। ਬਾਤ ਅਭੀ ਖਤਮ ਨਹੀਂ ਹੋਈ, ਹੁਣ ਆਪਾਂ ਯਾਦ ਕਰ ਲਿਆ। ਦੇਖੋ ਦਿੱਕਤ ਕੀ ਹੈ, ਉਹੀ ਹੈ ਨਾ, ਯਾਦ ਕਰ ਲਿਆ ਬ੍ਰੈਡ ਐਂਡ ਬਟਰ ਕੀ ਹੈ, ਡਿਸ਼ ਹੈ ਤਾਂ ਬ੍ਰੈਡ ਐਂਡ ਬਟਰ ਦੇ ਨਾਲ ਯੂਜ਼ ਆਊਗਾ, ਬ੍ਰੈਡ ਐਂਡ ਬਟਰ ਦੇ ਨਾਲ ਸਿੰਗੂਲਰ ਵਰਬ ਹੋਊਗੀ, ਬ੍ਰੈਡ ਐਂਡ ਬਟਰ ਦੇ ਨਾਲ ਸਿੰਗੂਲਰ ਵਰਬ ਹੋਊਗੀ। ਯਾਦ ਕਰਕੇ ਯਾਦ ਕਰਕੇ ਚਲੇ ਗਏ, ਪੇਪਰ 'ਚ ਕੁਐਸਚਨ ਆ ਗਿਆ, ਪਹਿਲਾ ਕੁਐਸਚਨ ਯਾਦ ਕਰਕੇ ਚਲੇ ਗਏ, ਦੂਸਰਾ ਕੁਐਸਚਨ ਆ ਗਿਆ। ਉਹਨੇ ਕੀ ਲਿਖਿਆ? ਬ੍ਰੈਡ ਐਂਡ ਬਟਰ ਬਲੈਂਕ ਟੈਕਸਡ ਹੈਵੀਲੀ। ਹੁਣ ਤੁਸੀਂ ਦੱਸਣਾ ਕਿ ਉਰੇ ਇਜ਼ ਆਊਗਾ ਜਾਂ ਆਰ ਆਊਗਾ, ਹੁਣ ਉਰੇ ਟੈਕਸ ਲੱਗ ਰਿਹਾ ਭਾਈ। ਹੁਣ ਜਦੋਂ ਟੈਕਸ ਲੱਗ ਰਿਹਾ, ਕੀ ਤੁਸੀਂ ਡਿਸ਼ ਦੀ ਗੱਲ ਕਰ ਰਹੇ? ਜਦੋਂ ਬ੍ਰੇਕਫਾਸਟ ਦੀ ਗੱਲ ਕਰ ਰਹੇ ਹੋ ਤਾਂ ਉਹ ਡਿਸ਼ ਦਾ ਨਾਮ ਹੈ, ਬ੍ਰੇਕਫਾਸਟ 'ਚ ਖਾਏ ਜਾਣਗੇ। ਕੀ ਹੁਣ ਉਰੇ ਇਹ ਡਿਸ਼ ਦਾ ਨਾਮ ਹੈ? ਸੈਕਿੰਡ ਸੈਂਟੈਂਸ ਦੇ ਵਿੱਚ ਨਹੀਂ, ਹੁਣ ਇਹ ਡਿਸ਼ ਦਾ ਨਾਮ ਨਹੀਂ ਹੈ, ਹੁਣ ਇਹ ਦੋਵਾਂ, ਇਹ ਤਾਂ ਅਲੱਗ ਟੈਕਸ ਲੱਗ ਰਿਹਾ, ਇਹ ਤਾਂ ਅਲੱਗ ਟੈਕਸ ਲੱਗ ਰਿਹਾ,
ਗੱਲ ਸਮਝ ਆ ਰਹੀ? ਇੱਥੇ ਐਜ਼ ਅ ਮੀਲ ਥੋੜ੍ਹੀ ਨਾ ਟੈਕਸ ਲੱਗ ਰਿਹਾ ਜਾਂ ਮੀਲ ਥੋੜ੍ਹੀ ਨਾ ਖਾਇਆ ਜਾ ਰਿਹਾ, ਖਾਣ ਦੀ ਗੱਲ ਹੋ ਰਹੀ ਹੈ, ਨਹੀਂ ਟੈਕਸ ਲੱਗਣ ਦੀ ਗੱਲ ਹੋ ਰਹੀ ਹੈ। ਤਾਂ ਹੁਣ ਇਹ ਇੱਕ ਅਲੱਗ ਕੋਮੋਡਿਟੀ ਹੈ, ਇਹ ਇੱਕ ਅਲੱਗ ਕੋਮੋਡਿਟੀ ਹੈ, ਖਾਣ ਵਾਲੀ ਹੈ ਉਹ ਗੱਲ ਅਲੱਗ ਹੈ, ਹੈ ਨਾ, ਇਹ ਵੀ ਖਾਣ ਵਾਲੀ ਹੈ, ਇਹ ਵੀ ਖਾਣ ਵਾਲੀ ਹੈ। ਸੋ ਟੈਕਸ ਲੱਗਣ ਦੀ ਗੱਲ ਹੋ ਰਹੀ, ਤਾਂ ਹੁਣ ਇਹ ਕੋਈ ਇੰਟੀਗਰਲ ਪਾਰਟ ਨਹੀਂ ਹੈ, ਇਹ ਅਲੱਗ ਹੈ, ਇਹ ਅਲੱਗ ਹੈ। ਇੱਕ ਵਾਰ ਇਹ 11 ਸਿੰਗੂਲਰ ਨਾਊਨ ਪਲੱਸ ਸਿੰਗੂਲਰ ਨਾਊਨ ਇਜ਼ ਇਕੁਅਲ ਟੂ ਪਲੂਰਲ, ਤਾਂ ਇਸ ਕਰਕੇ ਉਹਦੇ ਕੀ ਆ ਜਾਊਗਾ ਆਰ। ਤਾਂ ਯਾਦ ਯੂਦ ਕੁਛ ਨਹੀਂ ਕਰ ਸਕਦੇ। ਅਗਰ ਤੁਸੀਂ ਇਸ ਤਰੀਕੇ ਨਾਲ ਲੈਂਗੁਏਜ ਨੂੰ ਪੜ੍ਹਨਾ, ਆਫਲਾਈਨ ਪੜ੍ਹਨਾ, ਤਾਂ ਮੇਰੇ ਤੋਂ ਬਈ ਸਰੂਰ 'ਚ ਪੜ੍ਹ ਸਕਦੇ ਹੋ। 1 April ਨੂੰ ਬੈਚ ਸ਼ੁਰੂ ਹੋ ਚੁੱਕਿਆ ਜੀ, 17 ਸੈਕਟਰ ਦੇ ਵਿੱਚ ਸ਼ਾਮ ਨੂੰ 5 to 6 ਵਜੇ ਕਲਾਸ ਹੁੰਦੀ ਹੈ। ਬਹੁਤ ਵਧੀਆ ਤਰੀਕੇ ਨਾਲ ਸੀਟਸ ਆਲਮੋਸਟ ਫੁੱਲ ਨੇ। ਜਿਹੜੇ ਸਟੂਡੈਂਟ ਸਟਿਲ ਇੰਟਰਸਟਡ ਨੇ ਤਾਂ ਉਹ ਇਸ ਵੀਡੀਓ ਨੂੰ ਦੇਖ ਸਕਦੇ, ਠੀਕ ਹੈ ਜੀ। ਆਹ ਵੀਡੀਓ ਹੈ, ਆਹ ਵੀਡੀਓ ਨੂੰ ਦੇਖ ਲਓਗੇ, ਤੁਹਾਨੂੰ ਸਾਰੀ ਇਨਫੋਰਮੇਸ਼ਨ ਮਿਲ ਜੂਗੀ ਜੀ। ਜਿਹੜੇ ਸਟੂਡੈਂਟਸ ਆਨਲਾਈਨ ਪੜ੍ਹਨਾ ਚਾਹੁੰਦੇ ਨੇ ਜੀ, ਆਨਲਾਈਨ ਤਾਂ ਤੁਹਾਨੂੰ ਪਤਾ ਹੀ ਹੈ, ਸਟਾਰ ਬੈਚ ਚੱਲ ਰਿਹਾ ਪੰਜਾਬ ਐਗਜ਼ਾਮ ਦੇ ਲਈ, ਤੁਸੀਂ ਸਟਾਰ ਬੈਚ ਜੁਆਇਨ ਕਰ ਸਕਦੇ ਹੋ। ਅਗਰ ਤੁਸੀਂ ਸੰਗਰੂਰ ਨਹੀਂ ਪਹੁੰਚ ਸਕਦੇ, ਹੋਰ ਕੋਈ ਕੁਐਰੀ ਹੈ ਤਾਂ ਤੁਸੀਂ ਨੀਚੇ ਕਮੈਂਟ ਕਰ ਸਕਦੇ ਹੋ। ਕੋਸ਼ਿਸ਼ ਕਰਾਂਗੇ ਤੁਹਾਡੀ ਹੈਲਪ ਕਰਨ ਦੀ। ਥੈਂਕ ਯੂ।